ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਅੰਬੇਦਕਰ ਪੁਆਇੰਟ ਦੇ ਵਿੱਚ। ਤਾਂ ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਆਪਾਂ ਆਪਣਾ ਟੌਪਿਕ ਕਰ ਰਹੇ ਸੀ ਭਾਰਤ ਦੇ ਰਾਸ਼ਟਰੀ ਪਾਰਕ। ਇਸ ਦਾ ਇੱਕ ਪਾਰਟ ਆਪਾਂ ਨੇ ਪਹਿਲਾਂ ਬਣਾਇਆ ਸੀ ਅਤੇ ਅੱਜ ਦੂਸਰਾ ਪਾਰਟ ਇਸ ਦਾ ਲੈ ਕੇ ਆਏ ਹਾਂ, ਠੀਕ ਹੈ। ਤਾਂ ਪਿਛਲੇ ਪਾਰਟ ਦੇ ਵਿੱਚ ਜੋ ਸਟੇਟਾਂ ਕਵਰ ਹੋ ਚੁੱਕੀਆਂ ਸੀ ਉਹਨਾਂ ਨੂੰ ਛੱਡਦੇ ਹੋਏ, ਇਸ ਪਾਰਟ ਦੇ ਵਿੱਚ ਆਪਾਂ ਨੈਕਸਟ ਜੋ ਸਟੇਟਾਂ ਬਾਕੀ ਰਹਿ ਗਈਆਂ ਜੀ ਉਹਨਾਂ ਬਾਰੇ ਜ਼ਿਕਰ ਕਰਾਂਗੇ ਕਿ ਭਾਰਤ ਦੇ ਕਿਸ ਰਾਜ ਦੇ ਵਿੱਚ ਕਿਹੜਾ ਨੈਸ਼ਨਲ ਪਾਰਕ ਹੈ, ਠੀਕ ਹੈ ਜੀ। ਤਾਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਤੋਂ ਤੁਹਾਨੂੰ ਫਾਇਦਾ ਹੋਏਗਾ ਅਤੇ ਇਹ ਤੁਹਾਡੇ ਐਗਜ਼ਾਮ ਦੇ ਲਈ ਮਹੱਤਵਪੂਰਨ ਸਿੱਧ ਹੋਏਗੀ। ਤਾਂ ਇਸ ਦੇ ਨਾਲ ਹੀ ਸ਼ੁਰੂ ਕਰ ਰਹੇ ਹਾਂ। ਸਭ ਨਾਲੋਂ ਪਹਿਲਾਂ ਜੋ ਆਪਣੇ ਕੋਲ ਇਸ ਦੇ ਵਿੱਚ ਸਟੇਟ ਆ ਰਹੀ ਹੈ ਉਹ ਸਟੇਟ ਦਾ ਨਾਮ ਹੈ ਤਾਮਿਲਨਾਡੂ। ਤਾਂ ਹੁਣ ਆਪਾਂ ਦੇਖਦੇ ਹਾਂ ਤਾਮਿਲਨਾਡੂ ਸਟੇਟ ਦੇ ਵਿੱਚ ਕਿਹੜੇ ਕਿਹੜੇ ਨੈਸ਼ਨਲ ਪਾਰਕ ਹਨ। ਤਾਮਿਲਨਾਡੂ ਸਟੇਟ ਦੇ ਵਿੱਚ ਕਿਹੜੇ ਕਿਹੜੇ ਨੈਸ਼ਨਲ ਪਾਰਕ ਹਨ। ਤਾਮਿਲਨਾਡੂ ਸਟੇਟ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਸਭ ਨਾਲੋਂ ਪਹਿਲਾਂ ਹੈ ਇੰਦਰਾ ਗਾਂਧੀ ਨੈਸ਼ਨਲ ਪਾਰਕ, ਇੰਦਰਾ ਗਾਂਧੀ ਅੰਨਾਮਲਾਈ ਨੈਸ਼ਨਲ ਪਾਰਕ। ਹਾਂਜੀ, ਇਸ ਨੂੰ ਅੰਨਾਮਲਾਈ ਨੈਸ਼ਨਲ ਪਾਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਗਲਾ ਨੈਸ਼ਨਲ ਪਾਰਕ ਹੈ ਆਪਣੇ ਕੋਲ ਮੁਦੋਮਲਾਈ ਨੈਸ਼ਨਲ ਪਾਰਕ। ਪਹਿਲਾ ਸੀਗਾ ਆਪਣੇ ਕੋਲ ਇੰਦਰਾ ਗਾਂਧੀ ਅੰਨਾਮਲਾਈ ਨੈਸ਼ਨਲ ਪਾਰਕ, ਔਰ ਉਸ ਤੋਂ ਬਾਅਦ ਹੈ ਆਪਣੇ ਕੋਲ ਮੁਦੋਮਲਾਈ ਨੈਸ਼ਨਲ ਪਾਰਕ। ਉਸ ਤੋਂ ਬਾਅਦ ਆ ਜਾਂਦਾ ਹੈ ਆਪਣੇ ਕੋਲ ਮਨਾਰ ਦੀ ਖਾੜੀ ਸਮੁੰਦਰੀ ਰਾਸ਼ਟਰੀ ਪਾਰਕ, ਮਨਾਰ ਦੀ ਖਾੜੀ ਸਮੁੰਦਰੀ ਰਾਸ਼ਟਰੀ ਪਾਰਕ, ਗਲਫ ਆਫ ਮਿਨਾਰ, ਠੀਕ ਹੈ, ਗਲਫ ਆਫ ਮਿਨਾਰ ਨੈਸ਼ਨਲ ਪਾਰਕ ਵੀ ਕਿਹਾ ਜਾਂਦਾ ਹੈ ਇਸਨੂੰ ਇੰਗਲਿਸ਼ ਦੇ ਵਿੱਚ। ਅਤੇ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਨੈਲਈ ਸੈਂਚੁਰੀ, ਨੈਲਈ ਸੈਂਚੁਰੀ। ਤਾਂ ਇਹ ਤਾਮਿਲਨਾਡੂ ਦੇ ਕੁਛ ਫੇਮਸ ਜੋ ਸੀ ਰਾਸ਼ਟਰੀ ਪਾਰਕ ਸੀ, ਠੀਕ ਹੈ ਜੀ। ਹੁਣ ਅੱਗੇ ਜ਼ਿਕਰ ਕਰਦੇ ਹਾਂ ਆਪਾਂ ਅਗਲੀ ਸਟੇਟ ਦਾ। ਅਗਲੀ ਸਟੇਟ ਆਪਣੇ ਕੋਲ ਹੈ ਉੜੀਸਾ। ਤਾਂ ਉੜੀਸਾ ਦੇ ਵਿੱਚ ਦੇਖਦੇ ਹਾਂ ਆਪਣੇ ਕੋਲ ਕਿਹੜੇ ਕਿਹੜੇ ਫਾਰਮ ਨੇ, ਠੀਕ ਆ। ਤਾਂ ਉੜੀਸਾ ਦੇ ਵਿੱਚ ਜੋ ਪਹਿਲਾ ਨੈਸ਼ਨਲ ਪਾਰਕ ਹੈ ਉਹ ਹੈ ਨੰਦਨ ਕਾਨਨ ਰਾਸ਼ਟਰੀ ਚਿੜੀਆ ਘਰ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਸਿਮਲੀਪਾਲ ਨੈਸ਼ਨਲ ਪਾਰਕ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਆਪਣੇ ਕੋਲ ਚਿਲਕਾ ਝੀਲ ਸੈਂਚੁਰੀ, ਚਿਲਕਾ ਝੀਲ ਸੈਂਚੁਰੀ। ਔਰ ਇਸ ਦੇ ਨਾਲ ਇੱਕ ਹੋਰ ਨੈਸ਼ਨਲ ਪਾਰਕ ਹੈ ਜਿਸ ਦਾ ਨਾਮ ਹੈ ਆਪਣੇ ਕੋਲ ਬੇਤਰਕਣਿਕਾ ਨੈਸ਼ਨਲ ਪਾਰਕ, ਠੀਕ ਹੈ। ਤਾਂ ਇਹ ਜਿਹੜੇ ਹੈਗੇ ਨੇ ਉੜੀਸਾ ਦੇ ਫੇਮਸ ਨੈਸ਼ਨਲ ਪਾਰਕ ਨੇ ਕਿ ਜੀ। ਇਸ ਦੇ ਨਾਲ ਹੀ ਹੁਣ ਆਪਾਂ ਚੱਲਦੇ ਹਾਂ ਅਗਲੀ ਸਟੇਟ ਦੇ ਉੱਤੇ, ਦੇਖਦੇ ਹਾਂ ਅਗਲੀ ਸਟੇਟ ਆਪਣੇ ਕੋਲ ਕਿਹੜੀ ਹੈ। ਤਾਂ ਹੁਣ ਆਪਣੇ ਕੋਲ ਸਟੇਟ ਹੈ ਮਿਜ਼ੋਰਮ। ਮਿਜ਼ੋਰਮ ਦੇ ਵਿੱਚ ਜੋ ਫੇਮਸ ਨੈਸ਼ਨਲ ਪਾਰਕ ਹੈ ਉਸਦਾ ਨਾਮ ਹੈ ਮੁਰਲੇਨ ਨੈਸ਼ਨਲ ਪਾਰਕ, ਮੁਰਲੇਨ ਨੈਸ਼ਨਲ ਪਾਰਕ। ਇਸ ਦੇ ਨਾਲ ਹੀ ਉੱਥੇ ਇੱਕ ਹੋਰ ਨੈਸ਼ਨਲ ਪਾਰਕ ਹੈ ਜਿਸਦਾ ਨਾਮ ਹੈ ਫੋਂਗਪੁਈ ਨੈਸ਼ਨਲ ਪਾਰਕ। ਮਿਜ਼ੋਰਮ ਦੇ ਦੋ ਫੇਮਸ ਨੈਸ਼ਨਲ ਪਾਰਕ ਨੇ, ਠੀਕ ਹੈ ਜੀ, ਮੁਰਲੇਨ ਨੈਸ਼ਨਲ ਪਾਰਕ ਔਰ ਫੋਂਗਪੁਈ ਨੈਸ਼ਨਲ ਪਾਰਕ। ਹੁਣ ਚੱਲਦੇ ਹਾਂ ਜੀ ਆਪਾਂ ਆਪਣੀ ਅਗਲੀ ਸਟੇਟ ਦੇ ਉੱਤੇ। ਤਾਂ ਨੈਕਸਟ ਸਟੇਟ ਹੈ ਆਪਣੇ ਕੋਲ ਜੰਮੂ ਐਂਡ ਕਸ਼ਮੀਰ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਕਿ ਜੰਮੂ ਔਰ ਕਸ਼ਮੀਰ ਪਹਿਲਾਂ ਇੱਕ ਪ੍ਰੋਪਰ ਸਟੇਟ ਸੀ, ਬਟ ਹੁਣ ਇਸ ਦੇ ਵਿੱਚ ਚੇਂਜ ਹੋ ਚੁੱਕਿਆ ਹੈ, ਠੀਕ ਹੈ ਜੀ। ਬਟ ਇਸ ਨੂੰ ਆਪਾਂ ਨੇ ਇਹਦੇ ਵਿੱਚ ਐਜ ਇਟ ਜੰਮੂ ਅਤੇ ਕਸ਼ਮੀਰ ਹੀ ਲਿਆ ਹੈ। ਹਾਂ, ਇਸ ਦੇ ਵਿੱਚ ਜੋ ਜੋ ਰਾਸ਼ਟਰੀ ਪਾਰਕ ਨੇ ਉਹ ਹੁਣ ਕਿੱਥੇ ਕਿੱਥੇ ਸ਼ਿਫਟ ਹੋ ਗਏ ਉਹਦਾ ਜ਼ਿਕਰ ਆਪਾਂ ਦੱਸਾਂਗੇ, ਠੀਕ ਹੈ ਜੀ। ਤਾਂ ਸਭ ਨਾਲੋਂ ਪਹਿਲਾਂ ਹੈ ਆਪਣੇ ਕੋਲ ਦਾਚੀਗ੍ਰਾਮ ਨੈਸ਼ਨਲ ਪਾਰਕ, ਦਾਚੀਗ੍ਰਾਮ ਨੈਸ਼ਨਲ ਪਾਰਕ। ਇਸ ਨੈਸ਼ਨਲ ਪਾਰਕ ਦੇ ਵਿੱਚ ਕਸ਼ਮੀਰੀ ਮਹਾਮ੍ਰਿਗ ਜਿਸ ਨੂੰ ਹੁੰਗਲ ਕਿਹਾ ਜਾਂਦਾ ਹੈ ਉਹ ਪਾਇਆ ਜਾਂਦਾ ਹੈ। ਇਹ ਇੱਕੋ ਇੱਕ ਨੈਸ਼ਨਲ ਪਾਰਕ ਹੈ ਜਿੱਥੇ ਕਿ ਮਹਾਮ੍ਰਿਗ ਹੁੰਗਲ ਕਸ਼ਮੀਰੀ ਹੈ ਜੋ ਉਸਦੀ ਪ੍ਰਜਾਤੀ ਪਾਈ ਜਾਂਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਸਲੀਮ ਅਲੀ ਨੈਸ਼ਨਲ ਪਾਰਕ। ਸਲੀਮ ਅਲੀ ਨੈਸ਼ਨਲ ਪਾਰਕ ਜੋ ਹੈ ਬਹੁਤ ਫੇਮਸ ਹੈ, ਇਹ ਸ਼੍ਰੀਨਗਰ ਦੇ ਵਿੱਚ ਹੈ, ਠੀਕ ਹੈ ਜੀ। ਸ਼੍ਰੀਨਗਰ ਦੇ ਵਿੱਚ ਇਹ ਨੈਸ਼ਨਲ ਪਾਰਕ ਸਥਿਤ ਹੈ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਕਿਸ਼ਤਵਾਰ ਨੈਸ਼ਨਲ ਪਾਰਕ, ਠੀਕ ਹੈ। ਕਿਸ਼ਤਵਾਰ ਨੈਸ਼ਨਲ ਪਾਰਕ ਜੋ ਹੈ ਇਹ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਜੰਮੂ ਕਸ਼ਮੀਰ ਦਾ ਜੋ ਜ਼ਿਲ੍ਹਾ ਹੈ ਕਿਸ਼ਤਵਾਰ, ਉੱਥੇ ਇਹ ਨੈਸ਼ਨਲ ਪਾਰਕ ਜੋ ਹੈ ਸਥਿਤ ਹੈ। ਨੈਕਸਟ ਹੈ ਆਪਣੇ ਕੋਲ ਹੈਮਿਸ਼ ਹਾਈ ਨੈਸ਼ਨਲ ਪਾਰਕ। ਇਹ ਹਿੰਦੁਸਤਾਨ ਦਾ ਸਭ ਨਾਲੋਂ ਬੜਾ ਨੈਸ਼ਨਲ ਪਾਰਕ ਹੈ, ਠੀਕ ਹੈ।
ਤਾਂ ਇਹ ਲੱਦਾਖ ਲੱਦਾਖ ਕੇ ਜਿਹੜਾ ਹੁਣ ਯੂਨੀਅਨ ਟੈਰੇਟਰੀ ਮਤਲਬ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਿਆ ਹੈ, ਇਹ ਲੱਦਾਖ ਦੇ ਵਿੱਚ ਸਥਿਤ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ ਆਪਣੇ ਕੋਲ ਆਪਣੀ ਅਗਲੀ ਸਟੇਟ ਹੈ ਵੈਸਟ ਬੰਗਾਲ। ਤਾਂ ਦੇਖੋ ਪੱਛਮ ਬੰਗਾਲ ਦੇ ਵਿੱਚ ਆਪਣੇ ਕੋਲ ਜਿਹੜੇ ਨੈਸ਼ਨਲ ਪਾਰਕ ਹਨ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ। ਸਭ ਨਾਲੋਂ ਪਹਿਲਾਂ ਹੈ ਸੁੰਦਰਬਨ ਨੈਸ਼ਨਲ ਪਾਰਕ, ਉਸ ਤੋਂ ਬਾਅਦ ਆਪਣੇ ਕੋਲ ਬਕਸਾ ਨੈਸ਼ਨਲ ਪਾਰਕ, ਇਸ ਤੋਂ ਬਾਅਦ ਆਪਣੇ ਕੋਲ ਆ ਰਿਹਾ ਹੈ ਜਲਦਾ ਪਾਰਾ ਨੈਸ਼ਨਲ ਪਾਰਕ, ਉਸ ਤੋਂ ਬਾਅਦ ਆਪਣੇ ਕੋਲ ਆ ਰਿਹਾ ਹੈ ਗੋਰੂ ਮਾਰਾ ਨੈਸ਼ਨਲ ਪਾਰਕ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਆਪਣੇ ਕੋਲ ਸਿੰਘ ਲੀਲਾ ਨੈਸ਼ਨਲ ਪਾਰਕ, ਅਤੇ ਲਾਸਟ ਦੇ ਵਿੱਚ ਆਪਣੇ ਕੋਲ ਹੈ ਨਿਊਰਾ ਵੈਲੀ ਨੈਸ਼ਨਲ ਪਾਰਕ। ਇਹ ਨੈਸ਼ਨਲ ਪਾਰਕ ਜੋ ਹਨ ਪੱਛਮ ਬੰਗਾਲ ਦੇ ਵਿੱਚ ਸਥਿਤ ਹਨ। ਠੀਕ ਹੈ ਜੀ, ਪੱਛਮ ਬੰਗਾਲ ਦੇ ਵਿੱਚ ਹੋਰ ਵੀ ਨੈਸ਼ਨਲ ਪਾਰਕ ਹਨ ਪਰ ਜੋ ਮੁੱਖ ਨੈਸ਼ਨਲ ਪਾਰਕ ਹਨ ਉਹ ਇਹੀ ਹਨ। ਤਾਂ ਆਪਣੇ ਕੋਲ ਅਗਲੀ ਜਿਹੜੀ ਸਟੇਟ ਹੈ ਉਹ ਹੈ ਮਣੀਪੁਰ। ਤਾਂ ਮਣੀਪੁਰ ਦੇ ਵਿੱਚ ਕਿਬੋਲ ਲਾਮਜਾਓ ਨੈਸ਼ਨਲ ਪਾਰਕ, ਇਹ ਵਿਸ਼ਵ ਦਾ ਇੱਕ ਮਾਤਰ ਐਸਾ ਨੈਸ਼ਨਲ ਪਾਰਕ ਹੈ ਜੋ ਕਿ ਤੈਰਦਾ ਰਾਸ਼ਟਰੀ ਪਾਰਕ ਹੈ। ਠੀਕ ਹੈ ਜੀ, ਮਤਲਬ ਕਿ ਇਹ ਤੈਰਦਾ ਹੋਇਆ ਰਾਸ਼ਟਰੀ ਪਾਰਕ ਹੈ, ਇਹ ਝੀਲ ਦੇ ਵਿੱਚ ਬਣਾਇਆ ਗਿਆ ਹੈ। ਠੀਕ ਆ, ਲੋਕਤਕ ਝੀਲ ਦੇ ਵਿੱਚ ਬਣਿਆ ਹੋਇਆ ਇਹ ਨੈਸ਼ਨਲ ਪਾਰਕ ਹੈ। ਅਤੇ ਉਸ ਤੋਂ ਬਾਅਦ ਮਣੀਪੁਰ ਦੇ ਵਿੱਚ ਹੈ ਸਿਰਹੋਈ ਨੈਸ਼ਨਲ ਪਾਰਕ। ਅੱਗੇ ਚੱਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਸਟੇਟ ਕੋਲ, ਤਾਂ ਦੇਖਦੇ ਹਾਂ ਆਪਣੀ ਅਗਲੀ ਸਟੇਟ ਕਿਹੜੀ ਹੈ। ਆਪਣੇ ਕੋਲ ਅਗਲੀ ਸਟੇਟ ਹੈ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੇ ਵਿੱਚ ਸਭ ਨਾਲੋਂ ਪਹਿਲਾਂ ਹੈ ਇੰਦਰਾ ਗਾਂਧੀ ਪ੍ਰਾਣੀ ਵਿਗਿਆਨ ਪਾਰਕ। ਇਸ ਦੇ ਨਾਲ ਹੀ ਆਪਣੇ ਕੋਲ ਇਸ ਦੇ ਵਿੱਚ ਹੈ ਰਾਜੀਵ ਗਾਂਧੀ ਨੈਸ਼ਨਲ ਪਾਰਕ ਨੂੰ ਰਾਮੇਸ਼ਵਰਮ ਨੈਸ਼ਨਲ ਪਾਰਕ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਪਾਪੀਕੋਂਡਾ ਨੈਸ਼ਨਲ ਪਾਰਕ। ਇਸ ਦੇ ਨਾਲ ਆ ਗਿਆ ਆਪਣੇ ਕੋਲ ਸ਼੍ਰੀ ਵੈਂਕਟੇਸ਼ਵਰਮ ਨੈਸ਼ਨਲ ਪਾਰਕ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਆਪਣੇ ਕੋਲ ਨਾਗਾਰਜੁਨ ਸਾਗਰ ਸ਼੍ਰੀ ਸੈਲਮ ਨੈਸ਼ਨਲ ਪਾਰਕ। ਭਾਰਤ ਦੇ ਵਿੱਚ ਇਹ ਸਭ ਨਾਲੋਂ ਬੜਾ ਪ੍ਰੋਜੈਕਟ ਟਾਈਗਰ, ਯਾਨੀ ਕਿ ਸਭ ਨਾਲੋਂ ਵੱਧ ਟਾਈਗਰਾਂ ਦਾ ਸੰਰਕਸ਼ਣ ਇਹੀ ਪਾਰਕ ਕਰਦਾ ਹੈ, ਨਾਗਾਰਜੁਨ ਸਾਗਰ ਸ਼੍ਰੀ ਸੈਲਮ ਨੈਸ਼ਨਲ ਪਾਰਕ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਹੈ ਪੁਲੀਕਟ ਝੀਲ ਸੈਂਚੁਰੀ। ਅੱਗੇ ਚੱਲਦੇ ਜੀ ਆਪਾਂ ਅਗਲੀ ਸਟੇਟ ਦੇ ਵਿੱਚ, ਤਾਂ ਦੇਖੀਏ ਅਗਲੀ ਸਟੇਟ ਹੈ ਆਪਣੇ ਕੋਲ ਗੁਜਰਾਤ। ਗੁਜਰਾਤ ਦੇ ਵਿੱਚ ਹੈ ਗੀਰ ਨੈਸ਼ਨਲ ਪਾਰਕ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਮਰੀਨ ਨੈਸ਼ਨਲ ਪਾਰਕ ਜੋ ਹੈ ਇਹ ਕੱਛ ਦੀ ਖਾੜੀ ਦੇ ਵਿੱਚ ਹੈ। ਅਤੇ ਉਸ ਤੋਂ ਬਾਅਦ ਹੈ ਆਪਣੇ ਕੋਲ ਬਲੈਕ ਬੱਕ ਨੈਸ਼ਨਲ ਪਾਰਕ। ਠੀਕ ਹੈ ਜੀ, ਗੁਜਰਾਤ ਦੇ ਵਿੱਚ ਅਗਲਾ ਨੈਸ਼ਨਲ ਪਾਰਕ ਹੈ ਉਹ ਹੈ ਜੰਗਲੀ ਗਧਾ ਅਭਿਆਰਣ। ਠੀਕ ਹੈ, ਇਹ ਗੁਜਰਾਤ ਦੇ ਫੇਮਸ ਨੈਸ਼ਨਲ ਪਾਰਕ ਹਨ। ਅੱਗੇ ਆਪਣੇ ਕੋਲ ਅਗਲੀ ਸਟੇਟ ਹੈ ਉੱਤਰਾਖੰਡ। ਤਾਂ ਦੇਖੋ ਉੱਤਰਾਖੰਡ ਦੇ ਵਿੱਚ ਸਭ ਨਾਲੋਂ ਪਹਿਲਾਂ ਜੋ ਨੈਸ਼ਨਲ ਪਾਰਕ ਹੈ ਉਸਦਾ ਨਾਮ ਹੈ ਜਿਮ ਕਾਰਬੇਟ ਨੈਸ਼ਨਲ ਪਾਰਕ। ਇਹ ਭਾਰਤ ਦਾ ਸਭ ਨਾਲੋਂ ਪਹਿਲਾ ਰਾਸ਼ਟਰੀ ਪਾਰਕ ਹੈ। ਠੀਕ ਹੈ, ਇਸ ਦਾ ਪਹਿਲਾ ਨਾਮ ਹੈਲੀ ਨੈਸ਼ਨਲ ਪਾਰਕ ਸੀਗਾ। ਠੀਕ ਹੈ, ਇਸ ਦਾ ਪਹਿਲਾ ਨਾਮ ਸੀ ਹੈਲੀ ਨੈਸ਼ਨਲ ਪਾਰਕ। ਇਹ 1936 ਦੇ ਵਿੱਚ ਬਣਿਆ ਸੀ। ਇਹ ਭਾਰਤ ਦਾ ਸਭ ਨਾਲੋਂ ਪੁਰਾਣਾ ਸਭ ਨਾਲੋਂ ਪਹਿਲਾ ਨੈਸ਼ਨਲ ਪਾਰਕ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਆਪਣੇ ਕੋਲ ਅਗਲਾ ਸਟੇਟ ਓ ਸੋਰੀ ਅਗਲਾ ਰਾਸ਼ਟਰੀ ਪਾਰਕ ਆ ਗਿਆ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ। ਅੱਗੇ ਚੱਲਦੇ ਹਾਂ ਨੰਦਾ ਦੇਵੀ ਨੈਸ਼ਨਲ ਪਾਰਕ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਰਾਜਾ ਜੀ ਨੈਸ਼ਨਲ ਪਾਰਕ, ਅਤੇ ਉਸ ਤੋਂ ਬਾਅਦ ਹੈ ਆਪਣੇ ਕੋਲ ਗੰਗੋਤਰੀ ਨੈਸ਼ਨਲ ਪਾਰਕ। ਇਹ ਕੁਝ ਪ੍ਰਮੁੱਖ ਉੱਤਰਾਖੰਡ ਦੇ ਨੈਸ਼ਨਲ ਪਾਰਕ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਚੱਲਦੇ ਆਪਾਂ ਅਗਲੀ ਸਟੇਟ ਦੇ ਵਿੱਚ। ਅਗਲੀ ਸਟੇਟ ਹੈ ਆਪਣੇ ਕੋਲ ਮਹਾਰਾਸ਼ਟਰ। ਮਹਾਰਾਸ਼ਟਰ ਦੇ ਵਿੱਚ ਦੇਖਦੇ ਹਾਂ ਆਪਾਂ ਹੁਣ ਕਿਹੜੇ ਕਿਹੜੇ ਨੈਸ਼ਨਲ ਪਾਰਕ ਨੇ। ਠੀਕ ਹੈ, ਤਾਂ ਸਭ ਨਾਲੋਂ ਆ ਗਏ ਪਹਿਲਾਂ ਆ ਗਏ ਦੇ ਵਿੱਚ ਬੈਰੀਵਲੀ ਸੰਜੇ ਗਾਂਧੀ ਨੈਸ਼ਨਲ ਪਾਰਕ। ਠੀਕ ਹੈ ਜੀ, ਇਸ ਨੂੰ ਬੈਰੀਵਲੀ ਨੈਸ਼ਨਲ ਪਾਰਕ ਵੀ ਕਿਹਾ ਜਾਂਦਾ ਹੈ ਔਰ ਸੰਜੇ ਗਾਂਧੀ ਨੈਸ਼ਨਲ ਪਾਰਕ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਚਾਂਦੋਲੀ ਨੈਸ਼ਨਲ ਪਾਰਕ। ਫਿਰ ਉਸ ਤੋਂ ਬਾਅਦ ਹੈ ਆਪਣੇ ਕੋਲ ਨਵਾਂ ਗਾਓ ਨੈਸ਼ਨਲ ਪਾਰਕ। ਇਸ ਨੈਸ਼ਨਲ ਪਾਰਕ ਤੋਂ ਬਾਅਦ ਹੈ ਆਪਣੇ ਕੋਲ ਮੇਲਘਾਟ ਰਾਸ਼ਟਰੀ ਅਭਿਆਰਣ ਮੇਲਘਾਟ
राष्ट्रीय अभ्यारण। चलो जी हुण घूमते घुमाते चलते आपां अंडमान निकोबार दे विच। अंडमान निकोबार दे विच जो नैशनल पार्क हैं वो हैं सैडल पीक नैशनल पार्क। सैडल पीक नैशनल पार्क तो बाद आ गया अपने कोल महात्मा गांधी मैरीन नैशनल पार्क। इस पार्क तो बाद अपने कोल केप वैल नैशनल पार्क। उस तो बाद है माउंट हैरियट नैशनल पार्क। उस तो बाद है राणी झांसी मरीन नैशनल पार्क। और इस दे विच एक होर नैशनल पार्क है जिसका नाम है साउथ बटन नैशनल पार्क। ये भारत का सब नालों छोटा नैशनल पार्क है जिहड़ा कि अंडमान निकोबार दे विच स्थित है। अच्छा इत्थे एक गल होर याद रखने वाली आ कि अंडमान निकोबार दे विच सब नालों ज़्यादा वन्य जीव अभ्यारण हैं। ठीक है जी, सब नालों वध वन्य जीव अभ्यारण मीनस पार्क वगैरह, ठीक है, ओह अंडमान निकोबार विच ही हैं। नैक्सट देखते हैं जी आप अपने कोल जो आ गया वह है हिमाचल प्रदेश दे विच पहले नंबर पर आ गया पिन वैली नैशनल पार्क। उस तो बाद है ग्रेट हिमालय नैशनल पार्क, ठीक है जी, इंद्र किला नैशनल पार्क, सिकरी देवी अभ्यारण और रोहला नैशनल पार्क, और लास्ट दे विच है खिर गंगा नैशनल पार्क। इस दे नाल ही हुण चलदे आपां अपनी अगली स्टेट दे विच जो कि है केरला दे विच सब नालों पहले नंबर पर आ गया साइलेंट वैली नैशनल पार्क। उस दे नाल आ गया पेरियार नैशनल पार्क। तुहानूं पता ही है पेरियार नाम का एक समाज सुधारक होया सी, ठीक है, उस दे नाम दे उत्ते ही इह नैशनल पार्क का नाम है। इस पार्क दे विच जो ये पार्क फेमस है जंगली हाथियों के वास्ते, ठीक है, मतलब कि इस पार्क दे विच जंगली हाथी बहुत ज़्यादा पाए जाते हैं, ठीक है जी। उस तो बाद आ गया दे विच अन्नामुदई नैशनल पार्क। अगली स्टेट है अपने कोल कर्नाटक दे विच देखते हैं जी कि नैशनल पार्क ने। तो सब नालों पहला आ गया दे विच बांदीपुर नैशनल पार्क। उस तो बाद आ गया नागरहोल राजीव गांधी नैशनल पार्क। इसका राजीव गांधी नैशनल पार्क भी कहा जाता है इसनूं, और नागरहोल नैशनल पार्क भी कहा जाता है, ठीक है जी। उस तो बाद है अंसी नैशनल पार्क, ठीक है। इस तो बाद है तुंगभद्रा नैशनल पार्क और लास्ट दे विच है कुद्रेमुख नैशनल पार्क। अगे चलते हैं जी छत्तीसगढ़ दे विच कि नैशनल पार्क है ना। तो सब नालों पहला आ गया गुरुगासी संजय नैशनल पार्क। इसनों गुरुगासी नैशनल पार्क भी कहा जाता है और संजय नैशनल पार्क भी कहा जाता है। नैक्सट है अपने कोल इंद्रावती नैशनल पार्क, ठीक है जी, और एक होर है इसे छत्तीसगढ़ दे विच कांगेर घाटी नैशनल पार्क। ये सेंचुरियां और राष्ट्रीय पार्क जो ज़्यादातर पूछे जाते हैं उन्होंने रिलेटेड ही पाए गए हैं, ठीक है जी। तो भारत के कुल 104 राष्ट्रीय पार्क हैं। उम्मीद करते हैं कि वीडियो थोड़े वास्ते लाहेवंद सिद्ध होगी। अगर वीडियो चंगी लगी हुई तो लाइक करो, ठीक है, ताकि सानू भी हौसला होवे कि कोई देख रहा है और असीं होर चंगा करन दी कोशिश करिए। धन्यवाद।